ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਪੁਲਿਸ ਪਾਰਟੀ ਨੂੰ ਮਕਬੂਲਪੁਰਾ ਚੌਂਕ ਵਿੱਚ ਨਾਕੇਬੰਦੀ ਦੌਰਾਨ ਗੱਡੀ 'ਚੋਂ 70 ਗ੍ਰਾਮ ਹੈਰੋਇਨ ਤੇ 2.5 ਲੱਖ ਦੀ ਨਗਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਸਾਡੀ ਸਬ ਇੰਸਪੈਕਟਰ ਮਨਦੀਪ ਕੌਰ ਨੇ ਉਹਨਾਂ ਨੇ ਮਕਬੂਲਪੁਰੇ ਚੌਂਕ 'ਚ ਨਾਕਾ ਲਾਇਆ ਸੀ ਅਤੇ ਦੌਰਾਨ ਨਾਕੇ ਚੈਕਿੰਗ ਕਰ ਰਹੇ ਸੀ ਗੱਡੀਆਂ ਦੀ। ਗੱਡੀਆਂ ਦੀ ਚੈਕਿੰਗ ਦੇ ਦੌਰਾਨ ਇੱਕ ਗੱਡੀ ਕਾਲੇ ਰੰਗ ਦੀ ਬ੍ਰਿਜਾ ਅੰਮ੍ਰਿਤਸਰ ਸਾਈਡ ਤੋਂ ਆਈ, ਜਿਸ ਨੂੰ ਮੈਡਮ ਨੇ ਸਮੇਤ ਸਾਥੀਆਂ ਦੇ ਚੈੱਕ ਕੀਤਾ। ਦੌਰਾਨ ਚੈਕਿੰਗ ਉਹਦੇ ਵਿੱਚ ਦੋ ਮੋਨੇ ਨੌਜਵਾਨ ਬੈਠੇ ਸੀ, ਜਿਨ੍ਹਾਂ ਦੇ ਕੋਲੋਂ ਤਲਾਸੀ ਲੈਣ 'ਤੇ ਹੀਰੋਇਨ ਬਰਾਮਦ ਹੋਈ। ਜਿਹੜਾ ਗੱਡੀ ਚਾਲਕ ਰਾਜਨਦੀਪ ਸਿੰਘ ਸੀ ਉਹਦੇ ਕੋਲੋਂ 40 ਗ੍ਰਾਮ ਹੀਰੋਇਨ ਬਰਾਮਦ ਹੋਈ। ਇੱਕ ਜਿਹੜਾ ਉਹਦੇ ਨਾਲ ਸਾਈਡ 'ਤੇ ਬੈਠਾ ਸੀ ਬਲਜਿੰਦਰ ਸਿੰਘ ਬੱਬਾ, ਉਹਦੇ ਕੋਲੋਂ 30 ਗ੍ਰਾਮ ਹੀਰੋਇਨ ਬਰਾਮਦ ਹੋਈ। ਗੱਡੀ ਦੀ ਤਲਾਸੀ ਕਰਨ 'ਤੇ ਗੱਡੀ ਦੇ ਡੈਸ਼ਬੋਰਡ ਦੇ ਵਿੱਚੋਂ 2.5 ਲੱਖ ਰੁਪਈਆ ਭਾਰਤੀ ਕਰੰਸੀ ਜਿਹੜੀ ਬਰਾਮਦ ਹੋਈ। ਬਰਾਮਦਗੀ ਤੋਂ ਬਾਅਦ ਦੌਰਾਨ ਪੁੱਛਗਿੱਛ ਇਹਨਾਂ ਦੋਵਾਂ ਦੋਸ਼ੀਆਂ ਨੇ ਸਾਨੂੰ ਦੱਸਿਆ ਕਿ ਜਿਹੜੀ 30 ਤਰੀਕ ਨੂੰ ਅਸੀਂ ਗੋਲੀ ਚਲਾਈ ਸੀ ਜਵਾਹਰ ਨਗਰ ਗਲੀ ਨੰਬਰ 2 ਦੇ ਵਿੱਚ, ਉਹਦੇ ਵਿੱਚ ਅਸੀਂ ਗੋਲੀ ਚਲਾਈ ਸੀ, ਨਾਲ ਸਾਡੇ 3-4 ਹੋਰ ਆਦਮੀ ਸੀ, ਜਿਨ੍ਹਾਂ ਨੂੰ ਦੋਵਾਂ ਮੁਕੱਦਮਿਆਂ ਦੇ ਵਿੱਚ ਗ੍ਰਿਫਤਾਰੀ ਪਾ ਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਏਗਾ, ਜਿਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ। ਅਤੇ ਰਿਮਾਂਡ ਦੇ ਵਿੱਚ ਪੁੱਛਗਿੱਛ ਦੌਰਾਨ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਨੂੰ ਵੀ ਸ਼ਾਮਿਲ ਕਰਕੇ ਤਫਤੀਸ਼ 'ਤੇ ਫਿਰ ਅਗਲੀ ਕਾਰਵਾਈ।